stare a nostra città. Ecco, ad me che dirigo la ricerca mi chiamano a te. Qui come lì, oggi di tempo di vita, però è che burning topic ne do. Quindi oggi di vita, il burning topic è che ਜਿਹੜਾ ਅੱਜ ਇਹ ਪੋਲਿਊਸ਼ਨ ਦਾ ਹੈ ਅਤੇ ਸਟਰਾ ਜਿਹੜਾ ਪੈਡੀ ਦਾ ਉਹਨੂੰ ਸਾੜਿਆ ਜਾਂਦਾ ਪਰ ਉਹਦੇ ਨਾਲ ਜੋ ਕੁਛ ਆ ਸਾਡੇ ਹੋ ਰਿਹਾ ਜਿਹੜਾ ਇਨਵਾਇਰਮੈਂਟ ਦੇ ਵਿੱਚ ਜੋ ਪ੍ਰੋਬਲਮ ਆ ਰਹੀ ਹੈ ਉਹ ਸੈਕੰਡਲੀ ਇਹ ਵੀ ਜਿਹੜਾ ਇਹ ਜਿਹੜੇ ਕਿਸਾਨ ਸੁਸਾਈਡ ਦੀ ਗੱਲ ਇਹ ਦੋਨੇ ਹੀ ਮੈਟਰ ਜਿਹੜੇ ਨੇ ਇਹ ਸਿੱਧੇ ਰਿਲੇਟਡ ਨੇ ਕਿਸਾਨ ਦੇ ਨਾਲ ਤਾਂ ਹੈ ਹੀ ਹੈ ਸੈਕੰਡਲੀ ਇਹ ਸਿੱਖਾਂ ਦੇ ਨਾਲ ਮੈਂ ਤੁਹਾਡੇ ਨਾਲ ਇੱਕ ਪਹਿਲਾਂ ਇੱਕ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਿ ਇਹ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਅਤੇ ਖਾਸ ਕਰਕੇ ਸਿੱਖੀ ਦਾ ਕਾਂਡ ਹੋ ਰਿਹਾ ਔਰ ਕਿਵੇਂ ਸਿੱਖਾਂ ਨੂੰ ਇੱਕ ਉਹਨਾਂ ਨੂੰ ਇੱਕ ਮੈਂ ਤਾਂ ਇਹੀ ਕਹਾਂਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਗੁੰਮਰਾਹ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਸਿੱਧੇ ਲਫਜ਼ਾਂ ਮੈਂ ਕਹਾਂਗਾ ਕਿ ਉਹਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਦੋਸਤੋ ਮੈਂ ਪਿੱਛੇ ਜਾਂ ਕੱਲ੍ਹ ਪਰਸੋਂ ਨਾ ਇੱਕ ਚੀਫ ਮਿਨਿਸਟਰ ਦੀ ਇੱਕ ਪੜ੍ਹ ਰਿਹਾ ਸੀਗਾ ਇੱਥੋਂ ਦੀ ਇੰਟਰਵਿਊ ਪੜ੍ਹ ਰਿਹਾ ਸੀਗਾ ਅਤੇ ਬੜੇ ਗੱਲ ਕਰ ਰਿਹਾ ਸੀ ਜੀ ਇਹਦਾ ਕੋਈ ਰਸਤਾ ਨਹੀਂ ਹੈ ਜੀ ਇਹਦੇ ਵਾਸਤੇ ਜੀ ਇਹ ਮਟੀਰੀਅਲ ਹੈ ਉਹ ਇੱਕ ਸੀ ਐੱਮ ਦੇ ਬਾਰੇ ਦੇ ਵਿੱਚ ਗੱਲ ਕਰ ਰਿਹਾ ਸੀ ਮੈਂ ਕੋਈ ਸਪੋਰਟ ਨਹੀਂ ਕਰਦਾ ਦਿੱਲੀ ਦੇ ਸੀ ਐੱਮ ਦੀ ਕਿਉਂਕਿ ਮੈਂ ਉਹਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ ਜਾਂ ਉਹਦੇ ਜੋ ਕੰਮ ਕਰਦਾ ਉਹਦੇ ਨੂੰ ਮੈਂ ਸਹਿਮਤੀ ਦਿੰਦਾ ਲੇਕਿਨ ਉਹਨੇ ਇੱਕ ਚੰਗੀ ਗੱਲ ਜ਼ਰੂਰ ਕਹੀ ਸੀਗੀ ਕਿ ਸਾਨੂੰ ਜਿਹੜੇ ਸਾਡੇ ਕਿਉਂਕਿ ਪ੍ਰੋਬਲਮ ਤਾਂ ਸਾਡੇ ਹੀ ਹੈ ਨਾ ਇੱਥੇ ਖਾਸ ਕਰਕੇ ਜ਼ਿਆਦਾ ਪ੍ਰੋਬਲਮ ਪੰਜਾਬ ਦੀ ਹੈ ਹਰਿਆਣੇ ਦੀ ਹੈ ਸਾਡੇ ਪੰਜਾਬ ਦੀ ਹੈ ਜਾਂ ਦਿੱਲੀ ਦੀ ਹੈ ਜਾਂ ਇਹ ਜਿਹੜਾ ਉਪਲਾ ਪਾਸਾ ਵੈਸਟਰਨ ਯੂਪੀ ਦਾ ਉਹਦੀ ਗੱਲ ਹੈ ਉਹ ਗੱਲ ਤਾਂ ਉਹਨੇ ਠੀਕ ਕੀਤੀ ਸੀ ਕਿ ਸੀ ਐੱਮ ਜਿਹੜੇ ਨੇ ਬੈਠਣ 'ਤੇ ਕਰਨਾ ਅਤੇ ਉਹ ਇੱਕ ਬੜੀ ਗੱਲ ਕਰ ਰਿਹਾ ਸੀ ਸੀ ਐੱਮ ਜਿਹੜਾ ਕੈਪਟਨ ਰਵਿੰਦਰ ਸਿੰਘ ਜੀ ਉਹਨੂੰ ਕੀ ਪਤਾ ਸੀ ਚਲੋ ਨਹੀਂ ਵੀ ਪਤਾ ਹੈ ਮੰਨ ਲੈਂਦਾ ਉਸ ਗੱਲ ਦਾ ਪਹਿਲਾਂ ਤਾਂ ਆਈ ਆਈ ਟੀ ਪੜ੍ਹਿਆ ਬੰਦਾ ਉਹ ਮਤਲਬ ਲਾਈਕ ਆਦਮੀ ਹੈ ਮੈਂ ਮਤਲਬ ਇੰਡੀਵਿਜੁਅਲ ਤੌਰ 'ਤੇ ਉਹਦੀਆਂ ਪੋਲਿਸੀਆਂ ਨਾਲ ਸਹਿਮਤ ਨਹੀਂ ਹੁਣ ਮਤਲਬ ਜੇ ਕੋਈ ਚਾਰ ਬੰਦੇ ਬੈਠਣਗੇ ਤਾਂ ਉਹ ਤਾਂ ਹੀ ਗੱਲ ਨਿਕਲੂਗੀ ਨਾ ਅਗਰ ਸੀ ਐੱਮ ਬੈਠਣਗੇ ਤਾਂ ਹੀ ਉਹਦਾ ਰਿਜ਼ਲਟ ਕੋਈ ਨਿਕਲੂਗਾ ਉਹ ਵੈਸੇ ਮੈਂ ਹੈਰਾਨ ਸੀਗਾ ਉਹਦੀ ਇੰਟਰਵਿਊ ਸੁਣ ਕੇ ਕੈਪਟਨ ਦੀ ਅਤੇ ਉਹ ਪਤਾ ਨਹੀਂ ਪਿੰਡ ਕੋਈ ਸ਼ਰਾਬ ਪੀ ਕੇ ਰਾਤ ਨੂੰ ਸੌ ਜਾਂਦਾ ਕੰਮ ਤਾਂ ਉਹਨੇ ਕੀ ਕਰਨਾ ਹੈਗਾ ਚਲੋ ਖੈਰ ਉਹਨੂੰ ਛੱਡ ਦਿਓ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸੀ ਵੀ ਕਿਸ ਤਰੀਕੇ ਦੇ ਨਾਲ ਇਹ ਦੋਨਾਂ ਕੰਮਾਂ ਦਾ ਪੰਜਾਬ ਦੇ ਕਿਸਾਨੀ ਦਾ ਔਰ ਪੰਜਾਬ ਦੇ ਨੌਜਵਾਨ ਦਾ ਅਤੇ ਪੰਜਾਬ ਦੀ ਜਿਹੜੀ ਸਿੱਖੀ ਦਾ ਉਹਦਾ ਕਾਂਡ ਕਰ ਰਿਹਾ ਨੇ ਇਹ ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹ ਦੋ ਪਰਿਵਾਰ ਬਾਦਲ ਪਰਿਵਾਰ ਅਤੇ ਕੈਪਟਨ ਜਿਹੜਾ ਇਹ ਬਹੁਤ ਬੁਰੀ ਤਰ੍ਹਾਂ ਸਿੱਖਾਂ ਦੇ ਪਿੱਛੇ ਪਏ ਉਹ ਇਹ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਉਹ ਮੈਂ ਉਹਨਾਂ ਤੱਕ ਪਹੁੰਚਾਉਣੀ ਚਾਹੁੰਦਾ ਉਹਦੇ ਬਾਰੇ ਸੋਚਣਾ ਚਾਹੀਦਾ ਦੇਖੋ ਜਿੱਥੋਂ ਤੱਕ ਪੈਡੀ ਦੀ ਗੱਲ ਹੈ ਪੈਡੀ ਦੇ ਵਿੱਚ ਸਾਡੇ ਜਿਹੜੇ ਮੇਨ ਗਰੋਵਰ ਨੇ ਜਿਹੜੇ ਦੇਸ਼ ਨੇ ਉਹ ਉਹਨਾਂ ਦੇ ਵਿੱਚ ਚਾਈਨਾ ਇੰਡੀਆ ਇੰਡੋਨੇਸ਼ੀਆ ਬੰਗਲਾਦੇਸ਼ ਹੈ ਵੀਤਨਾਮ ਹੈ ਜਿਹੜੇ ਮੇਨ ਇਹ ਤਾਂ ਮੇਨ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਸਟਾਰ ਵੇਸਟੇਜ ਦੀ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਜਿਹੜੀਆਂ ਕਿਉਂਕਿ ਚਾਰ ਜਗ੍ਹਾ ਦੇ ਉੱਤੇ ਪੰਜ ਜਗ੍ਹਾ ਦੇ ਉੱਤੇ ਤਾਂ ਕੰਜਮਸ਼ਨ ਹੁੰਦੀ ਹੈ ਪੈਕਿੰਗ ਮਟੀਰੀਅਲ ਦੇ ਵਿੱਚ ਹੈ ਫਰੂਟ ਦੀ ਹੈਗੀ ਹੈ ਪਾਵਰ ਯੂਨਿਟਸ ਨੇ ਫੂਡਰ ਹੈ ਬ੍ਰਿਕਲਿਨ ਹੈ ਇੰਡਸਟਰੀ ਹੈ ਤੁਸੀਂ ਕੰਜਮਸ਼ਨ ਕਿਵੇਂ ਨਹੀਂ ਹੁੰਦੀ ਕੰਜਮਸ਼ਨ ਹਰ ਜਗ੍ਹਾ 'ਤੇ ਹੁੰਦੀ ਹੈ ਔਰ ਇੰਡੀਆ ਦਾ ਇੱਕ ਬੰਦੇ ਨੇ ਕਿਹਾ ਇਹਨਾਂ ਨੂੰ ਹਿੰਦੁਸਤਾਨ ਦੇ ਪਾਵਰ ਪਲਾਂਟ ਵਾਲੇ ਨੇ ਕਿ ਜਿਹੜੀ ਨੌਨ ਹੈਗੀ ਬਾਸਮਤੀ ਸਟਰਾ ਹੈਗਾ ਉਹ ਮੈਂ 900 ਰੁਪਏ ਟਨ ਦੇ ਹਿਸਾਬ ਦੇ ਨਾਲ ਅਤੇ ਜਿਹੜਾ ਦੂਸਰਾ ਹੈਗਾ ਜਿਹੜਾ ਬਾਸਮਤੀ ਵਾਲਾ 1500 ਰੁਪਏ ਦੇ ਹਿਸਾਬ ਦੇ ਨਾਲ ਮੈਂ ਪਰਚੇਜ ਕਰਨਾ ਚਾਹੁੰਦਾ ਹੁਣ ਰਹੇਗਾ ਦੇਖੋ ਦੋ ਚੀਜ਼ਾਂ ਪੋਲਿਊਸ਼ਨ ਜਿਹੜਾ ਇਹ ਹੋ ਰਿਹਾ ਹੈ ਔਰ ਪਿਛਲੇ 10-12 ਸਾਲ ਤੋਂ ਹੋ ਰਿਹਾ ਇਹਦਾ ਸਿੱਧਾ ਇਫੈਕਟ ਪੰਜਾਬ ਦੀ ਸਿਹਤ 'ਤੇ ਪੈ ਰਿਹਾ ਔਰ ਪੰਜਾਬ ਦਾ ਜਿਹੜਾ ਪੰਜਾਬ ਦਾ ਕੀ ਸਰਾਊਂਡਿੰਗ ਏਰੀਏ ਦੇ ਵਿੱਚ ਵੀ ਪੈ ਰਿਹਾ ਲੇਕਿਨ ਪੰਜਾਬ 'ਤੇ ਪੈ ਰਿਹਾ ਪਾਕਿਸਤਾਨ ਨੇ ਇਸ ਚੀਜ਼ ਨੂੰ ਕੰਟਰੋਲ ਕਰ ਰਿਹਾ ਪਾਕਿਸਤਾਨ ਤੋਂ ਗੁਲੀ ਖਾਂਦੇ ਨਾ ਪਾਕਿਸਤਾਨ ਨੇ ਇਸ ਚੀਜ਼ ਨੂੰ ਕੰਟਰੋਲ ਕਰ ਰਿਹਾ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਸਿਰਫ ਇੱਕ ਨੀਅਤ ਦੀ ਹੈ
ਕਿ ਕਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਗੱਲ ਦੱਸਾਂ। ਦੇਖੋ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਜਿਹੜੀ ਆਪਣਾ 98 million ton ਉਤਪਾਦਨ ਹੈ ਰਾਈਸ ਦਾ, ਔਰ 130 ton ਸਾਡੀ ਮਿਲੀਅਨ ਟਨ ਜਿਹੜੀ ਉਹ ਵੇਸਟੇਜ ਹੈਗੀ ਜਿਹੜੀ ਦੇ ਵਿੱਚੋਂ, ਜਿਹਦੇ ਵਿੱਚੋਂ ਸਿਰਫ 12 million ton ਜਿਹੜੀ ਹੈ ਉਹ ਅਸੀਂ ਸਟਰਾ ਨੂੰ ਡਿਸਟਰੋਏ ਕਰਦੇ, ਬਾਕੀ ਕੰਜਮਪਸ਼ਨ ਹੋ ਰਹੀ ਹੈ। ਸਿਰਫ 12 ਜਿਹੜੇ ਮਿਲੀਅਨ ਟਨ ਹੈਗੀ ਹੈ ਉਹਦੀ ਪ੍ਰੋਬਲਮ, ਇਹ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਜਿੱਡੀ ਕੋਈ ਇਹ ਸਮਝਦੇ ਨਹੀਂ ਲਓ। ਮੈਂ ਤੁਹਾਨੂੰ ਇਹਨਾਂ ਨੂੰ ਮੈਂ ਫਾਰਮੂਲਾ ਦੇ ਦਿਆਂਗਾ ਔਰ ਇਹਦੀ ਜਿਹੜੀ ਸਮੱਸਿਆ ਬਿਲਕੁਲ ਜਿਹੜੀ ਹੈ ਉਹ ਖਤਮ ਹੋ ਗਈ। ਮੈਂ ਦੱਸ ਦਿੰਦਾ, ਮੈਂ ਚੈਲੇਂਜ ਕਰਦਾ, ਮੈਂ ਦੱਸ ਦਿੰਦਾ ਕਿਵੇਂ ਕਰਨਾ, ਲੇਕਿਨ ਇਹ ਕਰਦਾ ਉਹਦਾ ਕਾਰਨ, ਉਹਦਾ ਕਾਰਨ ਇਹ ਹੈ ਕਿ ਦੇਖੋ ਹਰ ਸਾਲ ਇਹ ਜਿਹੜੀ ਲੋਕਾਂ ਦੀ ਸਿਹਤ ਹੈ ਉਹਦੇ ਉੱਤੇ ਹਰ ਸਾਲ ਜਿਹੜੀ ਉਹ 3 ਸਾਲ ਰਿਡਿਊਸ ਹੋ ਰਹੀ ਹੈ ਉਹਨਾਂ ਦੀ ਜਿਹੜੀ ਉਮਰ ਹੈ, ਕਿਉਂਕਿ ਇਹਦੇ ਨਾਲ 3600 ਬਿਮਾਰੀਆਂ ਪੈਦਾ ਹੁੰਦੀਆਂ ਔਰ ਮੇਜਰ ਬਿਮਾਰੀਆਂ ਪੈਦਾ ਹੁੰਦੀਆਂ। ਉਹ ਛੋਟੀਆਂ ਮੋਟੀਆਂ ਬਿਮਾਰੀਆਂ ਨਹੀਂ ਪੈਦਾ ਹੁੰਦੀਆਂ, ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਅਸਥਮਾ ਹੁੰਦੀ ਹੈ, ਸਰ ਬਹੁਤ ਜ਼ਿਆਦਾ ਕ੍ਰਿਟੀਕਲ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਸੈਕੰਡਲੀ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਇਹ ਕਿ ਸਾਡੇ ਸਿੱਖੀ ਦਾ ਸਥਾਨ ਜਿਹੜਾ ਗੋਲਡਨ ਟੈਂਪਲ ਹੈ ਉਹਦੇ ਵਿੱਚ ਦੇਖੋ ਉਹਦੇ ਉੱਤੇ ਇਸ ਚੀਜ਼ ਦਾ ਇੰਨਾ ਮਾੜਾ ਉਹ ਪੈ ਰਿਹਾ ਅਸਰ ਉਸ ਚੀਜ਼ ਦਾ ਜਿਹੜੀ ਪੋਲਿਊਸ਼ਨ ਦਾ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਖੈਰ ਮੈਂ ਇਸ ਟੋਪਿਕ ਨੂੰ ਇੰਨਾ ਜ਼ਿਆਦਾ ਨਹੀਂ ਛੇੜਾਂਗਾ ਕਿਉਂਕਿ ਇਸ ਸਾਇੰਟੀਫਿਕ ਚੀਜ਼ ਹੈਗੀ ਹੈ ਬੜੀ, ਲੇਕਿਨ ਮੈਂ ਇੱਕ ਚੀਜ਼ ਸਿੱਖ ਹੋਣ ਦੇ ਨਾਤੇ ਜ਼ਰੂਰ ਕਰੂੰਗਾ ਕਿ ਇਹਦਾ ਅਸਰ ਜਿੰਨਾ ਗੋਲਡਨ ਟੈਂਪਲ ਦੇ ਸ਼ਰਾਈਨ ਦੇ ਉੱਤੇ ਪੈ ਰਿਹਾ ਔਰ ਉਹ ਆਪਾਂ ਇਮੈਜਿਨ ਨਹੀਂ ਕਰ ਸਕਦੇ। ਇਹ ਤਾਂ ਇੱਕ ਦੱਸਣਗੇ ਜਿਹੜੇ ਦੂਸਰੇ ਨੇ ਵੀ ਉਹ ਕਿੰਨਾ ਹੋ ਰਿਹਾ, ਲੇਕਿਨ ਮੈਂ ਇੱਕ ਸਿੱਖਾਂ ਨੂੰ ਗੱਲ ਕਰਦਾ ਵੀ ਜਿੱਥੇ ਅਸੀਂ ਜਿਸ ਚੀਜ਼ ਵੱਲ ਅਸੀਂ ਕਿਸ ਕੋਈ ਮਾੜੀ ਅੱਖ ਨਾਲ ਵੀ ਦੇਖੇ ਅਤੇ ਅਸੀਂ ਉਹਦੇ ਵਾਸਤੇ ਬਹੁਤ ਕੁਰਬਾਨੀ ਕਰਨ ਨੂੰ ਤਿਆਰ ਹਾਂ, ਲੇਕਿਨ ਇਹਦਾ ਨੁਕਸਾਨ ਇਹ ਜਿਹੜਾ ਕੰਮ ਹੋ ਰਿਹਾ ਇਹ ਜਿਹੜਾ ਉਹ ਸ਼ਰਾਈਨ ਦੇ ਉੱਤੇ ਜੋ ਇਫੈਕਟ ਹੋ ਰਿਹਾ ਤੁਸੀਂ ਇਮੈਜਿਨ ਕਰ ਸਕਦੇ। ਮੈਂ ਤੁਹਾਨੂੰ ਦੱਸਾਂ ਐਵੇਂ ਲੜਾਈਆਂ ਲੜੀ ਜਾਂਦੇ ਨੇ ਜੀ ਕਿਸਾਨ ਯੂਨੀਅਨ ਪਤਾ ਨਹੀਂ ਕਿੰਨੀਆਂ ਕੁ ਖੁੰਬਾਂਗ ਹੋ ਗਈਆਂ ਨੇ ਜਾਂ ਹੋਰ ਵੀ ਪੋਲੀਟੀਕਲ ਲੀਡਰ ਕਹਿੰਦੇ ਨੇ ਉਹ ਸਾੜੀ ਜਾਂਦੇ, ਇਹਨਾਂ ਨੂੰ ਪਤਾ ਨਹੀਂ ਅਸੀਂ ਕੀ ਕਰ ਰਹੇ। ਸੈਕੰਡਲੀ ਆਪਣੇ ਬੱਚਿਆਂ ਦੇ ਨਾਲ, ਉਹਨਾਂ ਦੀ ਉਮਰ ਦੇ ਨਾਲ, ਉਹਨਾਂ ਦੇ ਮਾਨਸਿਕ ਸਥਿਤੀ ਦੇ ਨਾਲ, ਇਹਦੇ ਨਾਲ ਕਿੰਨੀ ਕੁ ਆਪਾਂ ਖਿਲਵਾੜ ਕਰ ਰਹੇ ਇਹ ਨਹੀਂ ਪਤਾ। ਹੁਣ ਰਹੀ ਜਿਹੜੀ ਦੂਸਰੀ ਗੱਲ ਆ ਉਹ ਇਹ ਹੈ ਕਿ ਮਿੱਤਰੋ ਇਹ ਸਿਰਫ ਨੀਅਤ ਦੀ ਪ੍ਰੋਬਲਮ ਹੈ, ਕੋਈ ਪ੍ਰੋਬਲਮ ਪੈਡੀ ਦੀ ਨਹੀਂ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕੋਈ ਇੱਡੀ ਵੱਡੀ ਸਮੱਸਿਆ ਨਹੀਂ ਜਿੱਡੀ ਕੋਈ ਇਹਨਾਂ ਨੇ ਕ੍ਰੀਏਟ ਕੀਤੀ, ਇਹ ਸਿਰਫ ਪੰਜਾਬ ਦੀ ਸਿੱਖੀ, ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਸਿਹਤ ਦੇ ਪ੍ਰਤੀ ਡਾਊਨ ਕਰਨ ਵਾਸਤੇ, ਔਰ ਜਿਹੜੀ ਸਿੱਖ ਸ਼ਰਾਈਨਸ ਨੇ ਜਿਹਨਾਂ ਦੇ ਵਿੱਚ ਗੋਲਡਨ ਟੈਂਪਲ ਜਿਹੜਾ ਬਹੁਤ ਵੱਡੀ ਇੱਕ ਮਹੱਤਵਪੂਰਨ ਹੈਗਾ, ਉਹਨੂੰ ਮਤਲਬ ਨੁਕਸਾਨ ਪਹੁੰਚਾਉਣ ਦੇ ਚੱਕਰ ਦੇ ਵਿੱਚ ਇਹ ਦੋਨੇ ਫੈਮਿਲੀਆਂ ਜਿਹੜੀਆਂ ਪਿਛਲੇ 20 ਸਾਲ ਤੋਂ ਰਾਜ ਕਰ ਰਹੀਆਂ ਨੇ ਇਹ ਕਾਂਡ ਕਰ ਰਹੀਆਂ। ਇਹ ਸਿੱਧੇ ਤੌਰ 'ਤੇ ਇਹ ਦੋਨੇ ਬੰਦੇ ਜ਼ਿੰਮੇਵਾਰ ਨੇ, ਕੈਪਟਨ ਔਰ ਬਾਦਲ ਜਿਹੜੇ ਨੇ ਇਹ ਦੋਨੇ ਹੀ ਇਸ ਕੰਮ ਵਾਸਤੇ ਜ਼ਿੰਮੇਵਾਰ ਨੇ। ਇਹ ਪੰਜਾਬ ਨੂੰ ਮੈਂ ਤੈਨੂੰ ਦੱਸਾਂ ਇਹ ਤਬਾਹ ਕਰਨਾ ਚਾਹੁੰਦੇ ਨੇ। ਹੁਣ ਸਟੇਟਸ ਦੂਸਰੀਆਂ ਵੀ ਤਾਂ ਹੈ ਨਾ ਜਿਹੜੀਆਂ ਉਤਪਾਦਨ ਸਾਡੇ ਕਰਦੀਆਂ ਨੇ, ਸਾਡੇ ਸਟੇਟਸ ਜਿਹੜਾ ਉਤਪਾਦਨ ਹੋ ਰਿਹਾ ਉਹ ਜਿਹੜੀਆਂ ਸਾਡੀਆਂ ਨੇ ਉੜੀਸਾ 'ਚ ਹੋ ਰਿਹਾ, ਵੈਸਟ ਬੰਗਾਲ ਹੈ, ਈਵਨ UP ਹੈ, ਆਪਣਾ AP ਹੈ, ਤਾਮਿਲਨਾਡੂ ਹੈ, ਉੱਥੇ ਤਾਂ ਕੋਈ ਵੱਡੀ ਪ੍ਰੋਬਲਮ ਨਹੀਂ ਹੈ। ਇਹ ਕਹਿ ਰਹੇ ਸੀ ਪੰਜਾਬ ਦੀ ਧਰਤੀ ਜੇ ਗੁਰੂਆਂ ਦੀ ਧਰਤੀ ਦੇ ਉੱਤੇ ਜੀ ਜੇ ਸ਼ਰਾਬ ਬੰਦ ਕਰ ਦਿੰਦੇ ਹਾਂ ਅਤੇ ਸਾਡੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ, ਇਕਨੋਮਿਕਲੀ ਸਾਡਾ ਲੱਕ ਟੁੱਟ ਜਾਂਦਾ। ਉਹ ਬਿਹਾਰ ਵਰਗੀ ਸਟੇਟ ਨੇ ਸ਼ਰਾਬ ਬੰਦ ਕਰ ਦਿੱਤੀ, ਕੋਈ ਲੱਕ ਨਹੀਂ ਟੁੱਟਾ, ਉਹ ਵਧੀਆ ਤਰੀਕੇ ਨਾਲ ਚੱਲ ਰਿਹਾ ਨਹੀਂ। ਲੇਕਿਨ ਇਸੇ ਤਰੀਕੇ ਦੇ ਨਾਲ ਹੀ ਮਤਲਬ ਇਹ ਪੰਜਾਬ ਨੂੰ ਤਬਾਹ ਕਰਨ ਦੇ ਚੱਕਰ 'ਚ ਨੇ। ਮੈਂ ਸਿੱਖਾਂ ਨੂੰ ਕਹਿ ਸਕਦਾ ਤੁਸੀਂ ਸੋਚਣਾ ਇਹ ਹੈ ਕਿ ਤੁਸੀਂ ਸਰਕਾਰ ਨੂੰ ਇਸ ਤਰੀਕੇ ਨਾਲ ਸਾੜਨਾ ਹੈ ਕਿ ਇਹਦਾ ਕੋਈ ਹੱਲ ਲੱਭਣਾ। ਹੱਲ ਕੋਈ ਵੱਡਾ ਨਹੀਂ ਹੈ, ਇਹਨਾਂ ਦੀ ਨੀਅਤ ਦੇ ਵਿੱਚ ਖੋਟ। ਹੁਣ ਰਹੀ ਦੂਸਰੀ ਗੱਲ, ਦੂਸਰੀ ਕਿਸਾਨੋਂ ਮੇਰੀ ਸੁਣ ਲਓ ਗੱਲ, ਇੱਕ ਰਹੀ ਇਹ ਤੁਹਾਡੀ ਜਿਹੜੀ ਸੁਸਾਈਡ ਦੀ ਪ੍ਰੋਬਲਮ ਆ ਰਹੀ ਹੈ ਰੋਜ਼ ਕਿਤੇ ਨਾ ਕਿਤੇ, ਰੋਜ਼ ਦੋ ਤਿੰਨ ਲੱਖ ਜਗ੍ਹਾ 'ਤੇ। ਮੈਨੂੰ ਇੱਕ ਗੌਰਮੈਂਟ ਸਮਝਾਵੇ, ਪਿਛਲੇ 20-22 ਸਾਲ ਤੋਂ ਦੋਨੇ ਪਰਿਵਾਰ ਰਾਜ ਕਰ ਰਹੇ ਹਨ, ਮੈਨੂੰ ਇਹ ਦੱਸੋ ਜਦੋਂ ਕਿਸਾਨ ਸੁਸਾਈਡ ਕਰਦਾ ਤੁਸੀਂ ਕਹਿੰਦੇ ਜੀ ਉਹਦੇ ਬੱਚੇ ਨੂੰ ਆਪਾਂ ਸਰਕਾਰੀ ਨੌਕਰੀ ਦੇ ਦਿੱਤੀ, ਤੁਸੀਂ ਉਹਦੇ ਬੱਚੇ ਨੂੰ ਜੀ 5 ਲੱਖ ਰੁਪਈਆ ਇਮੀਡੀਏਟ ਦੇ ਦਿੱਤਾ ਜਾਂ ਫਲਾਣੇ ਕਰ ਦਿੱਤਾ, ਮੈਨੂੰ ਇਹ ਦੱਸੋ ਕਿ ਉਹਨੂੰ ਕਿਸ ਚੀਜ਼ ਦਾ ਦਿੰਦੇ? ਕਿਆ ਪੰਜਾਬ ਦੇ ਕਿਸਾਨ ਨੂੰ ਜਿਹੜਾ ਸਿੱਖ ਹੈਗਾ ਉਹਨੂੰ ਤੁਸੀਂ ਅਕਸਾਉਂਦੇ ਹੋ ਕਿ ਉਹ ਸੁਸਾਈਡ ਕਰੇ? ਕਿਸ ਚੀਜ਼ ਦਾ ਮੈਨੂੰ ਉਹਨੂੰ ਕੰਪਨਸੇਟ ਕੀਤਾ ਜਾਂਦਾ? ਅਗਰ
ਦੇਖੋ ਗੁਰੂਆਂ ਦੇ ਤਾਂ ਚਾਰ ਚਾਰ ਪੰਜ ਪੰਜ ਸੱਤ ਸੱਤ ਸਾਲ ਦੇ ਬੱਚੇ ਸੀਗੇ ਜਿਹੜੇ, ਉਹਨਾਂ ਨੇ ਇਹਨਾਂ ਆਪਣੇ ਸਟਰੈਸ ਨੂੰ ਝੱਲਿਆ, ਉਹਨਾਂ ਨੇ ਏਡੀ ਏਡੀ ਵੱਡੀਆਂ ਕੁਰਬਾਨੀਆਂ। ਸਿੱਖੀ ਤਾਂ ਬਹੁਤ ਵੱਡਾ ਇਤਿਹਾਸ ਹੈ, ਕਿਸ ਵਾਸਤੇ ਦਿੰਦੇ? ਦੇਖੋ ਮੇਰੀ ਗੱਲ, ਅੱਜ ਮੈਂ 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 ਅੱਜ ਸਰਕਾਰ ਨੂੰ ਕਹਿੰਦਾ ਅੱਜ ਇਹ ਚੀਜ਼ਾਂ ਬੰਦ ਕਰ ਦਿਆ ਕਿ ਕੋਈ ਕਿਸਾਨ ਅਗਰ ਆਤਮ ਹੱਤਿਆ ਕਰਦਾ ਉਹਨੂੰ ਬਿਲਕੁਲ ਇੱਕ ਨਵਾਂ ਪੈਸਾ ਨਹੀਂ ਮਿਲਦਾ। ਉਹ ਬਿਲਕੁਲ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸਮਝੇ। ਅਗਰ ਉਹ ਲੋਨ ਲੈਂਦੇ ਤਾਂ ਲੋਨ ਜੇ ਚੁੱਕਦੇ ਤਾਂ ਲੋਨ ਨੂੰ ਉਤਾਰਨ ਵਾਸਤੇ ਵੀ ਉਹਨੂੰ ਸੋਰਸ ਹੋਣੇ ਚਾਹੀਦੇ ਨੇ, ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕਿਵੇਂ ਉਤਾਰਨਾ। ਇਸ ਤਰੀਕੇ ਦੇ ਨਾਲ ਤਾਂ ਕਿਓਸ ਆਏਗੀ। ਪਰ ਮੈਂ 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 ਸਿੱਖਾਂ ਨੂੰ ਔਰ ਕਿਸਾਨਾਂ ਨੂੰ ਇੱਕ ਗੱਲ ਦੱਸ ਨਾ, ਇਹ ਤੁਹਾਨੂੰ ਕੰਪਨਸੇਟ ਕਰਕੇ ਤੁਹਾਨੂੰ ਤਬਾਹ ਕਰ ਰਹੇ ਨੇ। ਇਹਨੂੰ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਮੈਂ 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 ਸਾਹਿਬਾਨ ਆਪਣੇ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਆ, ਮੈਂ ਉਹਨਾਂ ਨੂੰ ਇੱਕ ਇੱਕ ਅਹਿਵਾਨ ਕਰੂੰਗਾ ਕਿ ਇਹ ਗੌਰਮੈਂਟ ਨੂੰ ਸਿੱਧੇ ਤੌਰ 'ਤੇ ਕਹੇ ਔਰ ਸਿੱਖਾਂ ਨੂੰ ਕਹੇ ਕਿ ਬਿਲਕੁਲ ਬਿਲਕੁਲ ਸਿੱਖਾਂ ਨੇ ਕਿਸੇ ਵੀ ਬੰਦੇ ਨੇ ਸਰਕਾਰੀ ਜਿਹੜੀ ਸਹੂਲਤ ਨਹੀਂ ਲੈਣੀ। ਅਗਰ ਕੋਈ ਕਿਸਾਨ ਆਤਮ ਹੱਤਿਆ ਕਰਦਾ ਉਹਨੂੰ ਕੋਈ 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 ਸਹੂਲਤ ਨਹੀਂ। ਔਰ ਇਹਨਾਂ ਦੇ ਗੌਰਮੈਂਟ ਦੇ ਉੱਤੇ ਪਰਚੇ ਇਹ ਅਕਸਾਉਂਦੇ ਨੇ, ਕਿਸੇ ਨੂੰ ਲਾਲਚ ਦੇ ਕੇ ਆਤਮ ਹੱਤਿਆ ਕਰਨ ਵਾਸਤੇ ਅਕਸਾਉਂਦੇ ਨੇ, ਔਰ ਇਹਨਾਂ 'ਤੇ ਪਰਚੇ ਦਰਜ ਹੋਣੇ ਚਾਹੀਦੇ। ਇਹਦੇ ਵਿੱਚ ਦਖਲ ਜਿਹੜਾ ਅਕਾਲ ਤਖ਼ਤ ਨੂੰ ਲੈਣ ਦੀ ਬੜੀ ਜ਼ਰੂਰਤ ਹੈਗੀ ਹੈ ਕਿ ਹਰ ਸਾਲ ਪ੍ਰੋਬਲਮ ਆਉਂਦੀ ਹੈ, 2 ਮਹੀਨੇ ਪ੍ਰੋਬਲਮ ਰਹਿੰਦੀ ਹੈ। 2 ਮਹੀਨੇ 'ਚ ਪੰਜਾਬ ਦੇ ਨੌਜਵਾਨ ਦਾ, ਪੰਜਾਬ ਦੇ ਸਿੱਖ ਦਾ, ਪੰਜਾਬ ਦੀਆਂ ਸਿੱਖ ਸ਼ਰਾਈਨ ਜਿਹੜੀਆਂ ਨੇ, ਚਾਹੇ ਉਹ ਸਟਰਾ ਬਰਨਿੰਗ ਹੈਗੀ ਹੈ, ਇਹਦੇ ਨਾਲ ਭਾਂਡ ਹੋ ਰਿਹਾ। ਦੂਸਰਾ ਸੁਇਸਾਈਡ ਜਿਹੜੇ ਸਿੱਖਾਂ ਨੂੰ ਕਰ ਰਹੇ ਨੇ, ਉਕਸਾ ਰਹੇ ਨੇ, ਹਰ ਰੋਜ਼ 3-4 ਬੰਦੇ ਮਰਵਾ ਰਹੇ ਨੇ। ਇਹ ਸਰਕਾਰ ਜ਼ਿੰਮੇਵਾਰ ਹੈਗੀ ਹੈ, ਇਹ ਸਰਕਾਰ ਜ਼ਿੰਮੇਵਾਰੀ। ਇਹ ਇਹਦੇ ਵਿੱਚ ਇਹ ਕਿਉਂ ਨਹੀਂ ਇਹ ਇਸ ਚੀਜ਼ ਦਾ ਕੋਈ ਹੱਲ ਲੱਭ ਰਿਹਾ ਕਿ ਕੰਪਨਸੇਟ ਕਿਸ ਚੀਜ਼ ਦਾ ਕਰਦੇ ਆ? ਇਹ ਦੱਸੋ ਮੈਨੂੰ, ਫਲਾਣੀ ਚੀਜ਼ ਦਾ ਕੰਪਨਸੇਟ ਕਰਦੇ ਬਹੁਤ ਵਧੀਆ, ਕਿਤੇ ਬਾਰਡਰ 'ਤੇ ਜਾ ਕੇ ਕਿਸਾਨ ਲੱਗਦਾ ਕਿ ਕੰਪਨਸੇਟ ਕਰ ਦਿੰਦੇ ਆ। ਉਹ ਜਦੋਂ ਉਹਦੇ ਉੱਤੇ ਮਾੜਾ ਜਿਹਾ ਸਟਰੈਸ ਹੁੰਦਾ ਉਹ ਆ ਕੇ ਕਹਿੰਦਾ ਯਾਰ ਸਰਕਾਰ ਨੇ ਦੇਣੇ ਹੀ ਆ, ਖੁਦ ਦਿੰਦੇ ਵੀ ਨਹੀਂ ਆ, ਦਿੰਦੇ ਵੀ ਨਹੀਂ ਆ, ਦੇਣੇ ਉਹ ਸੁਇਸਾਈਡ ਕਰ ਦਿੰਦੇ, ਇਹ ਬੰਦ ਹੋਣਾ ਚਾਹੀਦਾ। ਸੋ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਇਹ 2 ਚੀਜ਼ਾਂ ਜਿਹੜੀਆਂ ਨੇ ਇਹ ਤਾਂ ਬੜੇ ਕੰਟਰੋਲ ਕਰਨ ਦੀ ਗੱਲ ਹੈ, ਕੋਈ ਸਮੱਸਿਆ ਨਹੀਂ ਵੱਡੀ। ਇਹ ਬਾਦਲ ਔਰ ਕੈਪਟਨ ਦੀ ਪੂਰੀ ਸਾਜਿਸ਼ ਹੈ ਸਿੱਖੀ ਨੂੰ ਔਰ ਸਿੱਖ ਸ਼ਰਾਈਨ ਨੂੰ ਤਬਾਹ ਕਰਨ ਦੀ, ਕਿਸਾਨੀ ਨੂੰ ਤਬਾਹ ਕਰਨ ਦੀ। ਸੋਚਣਾ ਤੁਸੀਂ ਹੈ ਕਿ ਅਸਲੀਅਤ ਇਹਦੇ ਵਿੱਚ ਪਿੱਛੇ ਕੀ ਹੈ? ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਇਹ ਟਾਊਟ ਨੇ ਅੰਗਰੇਜ਼ਾਂ ਦੇ, ਇਹ ਜਦੋਂ ਅੰਗਰੇਜ਼ ਇੱਥੇ ਸੀਗੇ ਹਿੰਦੁਸਤਾਨ ਦੇ, ਦੋਨੇ ਪਰਿਵਾਰ ਉਦੋਂ ਵੀ ਟਾਊਟ ਰਹੇ ਨੇ ਅਤੇ ਹੁਣ ਵੀ ਕਰ ਰਹੇ ਨੇ। ਕਿਸੇ ਦੇਸ਼ ਦੇ ਵਿੱਚ ਜਿਹੜੀ ਪੈਡੀ ਗਰੋਇੰਗ ਕੰਟਰੀਜ਼ ਨੇ ਕੋਈ ਪ੍ਰੋਬਲਮ ਨਹੀਂ ਹੈ। ਈਵਨ ਪੰਜਾਬ ਜਿਹੜੇ ਇੰਡੀਆ ਦੇ ਵਿੱਚ ਪੈਡੀ ਗਰੋਇੰਗ ਸਟੇਟਸ ਨੇ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਸਟਾਫ ਮਟੀਰੀਅਲ ਦੀ। ਇਹਨਾਂ ਨੇ ਤੁਹਾਨੂੰ ਤਬਾਹ ਕਰ ਦੇਣਾ। ਤੁਸੀਂ ਅਗਲੇ ਸਾਲ ਬਹੁਤ ਹੀ ਇੱਕ ਵਧੀਆ ਤਰੀਕੇ ਦੇ ਨਾਲ ਆਪਣਾ ਇੱਕ ਆਪਾਂ ਸਟਰੈਟਜੀ ਬਣਾਉਣੀ ਹੈਗੀ ਹੈ ਕਿ ਕਿਸਾਨੋ ਸਿੱਖੋ, ਮੇਰੀ ਸੁਣ ਲਓ ਗੱਲ, ਤੁਹਾਡਾ ਨਾਸ ਮਾਰ ਦੇਣਾ। ਹੁਣ ਟਾਈਮ ਹੋ ਗਿਆ, ਓਕੇ ਓਕੇ।